ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਸੰਗਤ ਜੀ ਮੈਨੂੰ ਕੋਈ ਬਹੁਤਾ ਬੋਲਣ ਦੀ ਤੇ ਨਹੀਂ ਜਾਚ ਪਰ ਦਿਲ ਚ ਕੋਈ ਬਲਬਲਾ ਹੈਗਾ ਤੇ ਮੈਂ ਕਿਹਾ ਜ਼ਰੂਰ ਆਪ ਜੀ ਨਾਲ ਸਾਂਝਾ ਕਰਨਾ ਚਾਹੀਦਾ ਮੈਂ ਇਸੇ ਟੌਪਿਕ ਤੇ ਆਉਂਗਾ ਜਿਹੜਾ ਪਿੱਛੇ ਬੋਰਡ ਲੱਗਾ ਹੈ ਤੇ ਕਿਉਂਕਿ ਪ੍ਰੋਬਲਮ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਲੱਗ ਗਈ ਆ ਤੇ ਆਪਾਂ ਨੂੰ ਹੁਣ ਹੱਲ-ਵਲ ਵੀ ਜਾਣਨਾ ਚਾਹੀਦਾ ਜਿੱਦਾਂ ਭੈਣ ਜੀ ਨੇ ਕਹਿਤਾ ਕਿ ਆਈਟੀ ਸੈੱਲ ਹੋਣਾ ਚਾਹੀਦਾ ਜ਼ਰੂਰ ਉਹਦੇ ਮਾਇਰ ਹੋਣਗੇ ਉਹਨਾਂ ਨੇ ਉਹ ਗੱਲ ਕੀਤੀ ਬਰ ਅਸੀਂ ਖੇਤੀ ਕਰਦੇ ਆਏ ਆ ਚਾਰ ਪੰਜ ਕਿੱਲਾਂ ਦੀ ਇੱਥੇ ਸੋ ਅਸੀਂ ਜਦੋਂ ਇਹ ਕੰਮ ਸ਼ੁਰੂ ਹੋਇਆ ਤੇ ਕੈਨੇਡਾ ਦੇ ਵਿੱਚ ਜਦੋਂ ਵੱਡੀਆਂ ਵੱਡੀਆਂ ਗੱਡੀਆਂ ਦੇ ਉੱਤੇ ਆਪਣੇ ਉੱਥੇ ਪੰਜਾਬੀਆਂ ਨੇ ਪ੍ਰੋਟੈਸਟ ਕੀਤੇ ਉਹ ਦੇਖਣ ਨੂੰ ਮਿਲੇ ਤੇ ਮੈਂ ਉੱਥੇ ਉਹ ਪ੍ਰੋਟੈਸਟਾਂ ਦੇ ਵਿੱਚ ਇੱਕ ਗੱਲ ਨੋਟ ਕੀਤੀ ਕਿ ਕਿਸੇ ਵੀ ਆਪਣੇ ਵੀਰ ਕੋਲੇ ਲੱਖ ਡੇਢ ਲੱਖ ਤੋਂ ਥੱਲੇ ਦੀ ਗੱਡੀ ਨਹੀਂ ਸੀਗੀ ਜਿਹੜੀ ਪ੍ਰੋਟੈਸਟ ਤੇ ਸੀਗੀ ਤੇ ਮੈਂ ਉਹਦੇ ਤੋਂ ਇੱਕ ਗੱਲ ਕੀਤੀ ਵੀ ਆਪਾਂ ਜਿਹੜੀਆਂ ਮੰਗਾਂ ਸਰਕਾਰਾਂ ਕੋ ਮੰਗਦੇ ਆਂ ਵੀ ਸਾਨੂੰ ਇੰਟਰਨੈਸ਼ਨਲੀ ਜਾਂ ਉਥੋਂ ਦੀ ਗਵਰਨਮੈਂਟ ਕੋਈ ਦੇ ਆਪਾਂ ਨੂੰ ਉਦਮ ਕਰਨਾ ਚਾਹੀਦਾ ਆਪਣੇ ਭਾਈਚਾਰੇ ਨੂੰ ਅਸੀਂ ਰਲ ਮਿਲ ਕੇ ਜਿੱਦਾਂ ਜਗਦੀਪ ਸਿੰਘ ਉਹਨੇ ਵੀ ਕਿਹਾ ਕਿ ਕਿਉਂਕਿ ਅਸੀਂ ਪਰ ਆਪਸ ਵਿੱਚ ਸਿੰਘਾਂ ਨੇ ਕੀਤੀ ਸੀਗੀ ਵਿਚਾਰ ਵੀ ਆਉਣ ਵਾਲੇ ਸਮੇਂ 'ਚ ਅਸੀਂ ਆਪਣੇ ਆਪਣੇ ਪਿੰਡਾਂ ਨੂੰ ਜਾਗਰੂਕ ਕਰੀਏ ਆਪਣੇ ਘਰਾਂ ਤੋਂ ਸ਼ੁਰੂ ਕਰੀਏ ਜੇ ਕਿ ਕੋ ਚਾਰ ਕਿੱਲੇ ਆ ਇੱਕ ਕਿੱਲੇ ਤੋਂ ਸ਼ੁਰੂ ਕਰੀਏ ਜੈਵਿਕ ਖੇਤੀ ਵੱਲ ਜਾਈਏ ਅਸੀਂ ਕੋਈ ਠੇਕਾ ਨਹੀਂ ਲਿਆ ਹਿੰਦੁਸਤਾਨ ਦਾ ਪਿਆਹੀ ਬਹੁਤੀ ਉਹਨਾਂ ਨੂੰ ਗਾ ਕੇ ਤੇ ਉਹਨਾਂ ਨੂੰ ਦੇਣੀ ਹੈ ਕਿਉਂਕਿ ਜਦਾਂ ਅੱਗੇ ਸਾਰੇ ਬੁਲਾਰੇ ਦੱਸ ਗਏ ਉਹਨਾਂ ਕੋਈ ਨਾ ਫਾਮ ਹਾਲ ਉਹ ਤਾਂ ਹੀ ਹੁਣ ਆਗੋਂ ਆਕਰਦੇ ਪਏ ਨੇ ਸੋ ਇਹ ਗੱਲ ਹਾਨੂੰ ਵੀ ਸਮਝਣੀ ਚਾਹੀਦੀ ਹੈ ਕਿ ਅਗਲੇ ਪਾਵਰ ਚ ਨੇ ਉਹਨਾਂ ਕੋਲੇ ਜਿਹੜੀ ਚੀਜ਼ ਅਸੀਂ ਉਹਨਾਂ ਨੂੰ ਦੇਣੀ ਹੋ ਇਨਫ ਹੋ ਚੁੱਕੀ ਹੈ ਉਹਨਾਂ ਨੂੰ ਸਾਡੀ ਲੋੜ ਨਹੀਂ ਗਈ ਨਾ ਹੀ ਵੋਟਾਂ ਪ੍ਰਤੀ ਨਾ ਹੀ ਸਾਡੇ ਫੂਡ ਦੀ ਲੋੜ ਹੈ ਇੱਥੇ ਬਾਹਰ ਲੋਕੀ ਇਸ ਚੀਜ਼ ਦੀ ਕਦਰ ਪਾਉਂਦੇ ਆ ਜੇ ਅਸੀਂ ਜੈਵਿਕ ਖੇਤੀ ਉਥੋਂ ਕਰਕੇ ਆਪਣਾ ਕੋਈ ਆਦਾਰਾ ਤੈਅ ਕਰੀਏ ਆਪਾਂ 10-10 15-15 ਸਿੰਘ ਰਲ ਕੇ ਆਪਣਾ ਦਸਵੰਦ ਪਾ ਕੀ ਆ ਦਸਵੰਦ ਨਹੀਂ ਐਜ਼ ਅ ਬਿਜ਼ਨਸ ਵੀ ਆਪਾਂ ਇਸ ਚੀਜ਼ ਨੂੰ ਸ਼ੁਰੂ ਕਰ ਸਕਦੇ ਆ ਕਿ ਆਪਾਂ ਉੱਥੋਂ ਆਪਣੇ ਘਰਾਂ ਚੋਂ ਫਸਲ ਉਗਾਈਏ ਆਪਣੇ ਛੋਟੇ-ਛੋਟੇ ਸੈਲਰ ਹੁਣ ਜਿੱਦਾਂ ਆਪਾਂ ਚਾਈਨਾ ਦੀ ਗੱਲ ਕਰਦੇ ਆ ਉੱਥੇ ਹਰ ਇੱਕ ਘਰ ਚ ਛੋਟੀ-ਛੋਟੀ ਫੈਕਟਰੀ ਹੈ ਉਸ ਤਰ੍ਹਾਂ ਸਾਨੂੰ ਵੀ ਆਪਣੇ ਪਿੰਡਾਂ ਚ ਲੋਕਾਂ ਨੂੰ ਜਾਗਰੂਕ ਕਰਨਾ ਪਏਗਾ ਇੱਕ ਜੈਵਿਕ ਖੇਤੀਵਾਲ ਜਿਹੜੇ ਆਪਣੇ ਬੂਟੇ ਨੇ ਜਿਹੜੇ ਆਪਣੇ ਲੋਕਲ ਬੂਟੇ ਨੇ ਆਪਾਂ ਨੂੰ ਉਹ ਉਹਨਾਂ ਨੂੰ ਦੱਸਣਾ ਪਊਗਾ ਉਹਦੇ ਤੇ ਕੰਮ ਕਰਨਾ ਪਊਗਾ ਕਿ ਉਹਦੇ ਵਾਸਤੇ ਸੈਮੀਨਾਰ ਲਾਉਣੇ ਪੈਣਗੇ ਪਿੰਡਾਂ 'ਚ ਕਿ ਤੁਸੀਂ ਜਿਹੜੇ ਬਾਹਰ ਲਿਆਂ ਚੀਜ਼ਾਂ ਨੇ ਜੇ ਹੁਣ ਅਸੀਂ 200 ਰੁਪਏ ਦਾ ਕੀਵੀ ਲੈ ਕੇ ਉੱਥੇ ਖਾਣੇ ਪਿਆ ਤੇ ਆਪਣਾ ਜਿਹੜਾ ਚੀਕੂ ਆ ਉਹ ਕੀਵੀ ਤੋਂ ਘੱਟ ਕੰਮ ਨਹੀਂ ਕਰਦਾ ਇਹ ਗੱਲਾਂ ਨੂੰ ਸਾਨੂੰ ਉੱਥੇ ਜਾਗਰੂਕ ਕਰਨਾ ਪਏਗਾ ਲੋਕਾਂ ਨੂੰ ਆਪਾਂ ਤਾਂ ਹੀ ਕੋਈ ਹੱਲ ਕਰ ਸਕਦੇ ਹਾਂ ਸਰਕਾਰਾਂ ਨੇ ਨਾਇਦਰ ਦੀ ਨੇ ਨਾ ਉਦਰ ਦੀ ਨੇ ਸਾਡਾ ਕਦੀ ਸਾਥ ਨਹੀਂ ਦੇਣਾ ਸਾਨੂੰ ਆਪ ਆਤਮ ਨਿਰਭਰ ਹੋਣਾ ਪੈਣਾ ਵਾ ਥੋੜੇ ਥੋੜੇ ਸਿੰਘ ਰਲ ਕੇ ਉਪਰਾਲਾ ਕਰੀਏ ਸਾਡੀ ਕਾਫੀ ਸਿੰਘਾਂ ਦੇ ਨਾਲ ਅਰਾਊਂਡ ਮੈਲਬਨ ਗੱਲਬਾਤ ਚੱਲਦੀ ਪਈ ਹੈ ਆਉਣ ਵਾਲੇ ਸਮੇਂ 'ਚ ਹੋ ਸਕਦਾ ਅਗਲੇ ਸਾਲ ਅਸੀਂ ਆਪਣੇ ਘਰਦਿਆਂ ਨੂੰ ਤੇ ਕਿਆ ਵੀ ਥੋੜੀ 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 ਕਣਕ ਬੀਜੋ ਥੋੜਾ ਥੋੜਾ ਗੰਨਾ ਬੀਜੋ ਜੈਵਿਕ ਬੀਜੋ ਉਹਦੀ ਆਪਾਂ ਗੁੜ ਸ਼ੱਕਰ ਬਣਵਾ ਕੇ ਉਥੋਂ ਤਿੱਖਾ ਖੰਡ ਤਾਂ ਚਲੋ ਨਹੀਂ ਬਣਨੀ ਕਿਉਂਕਿ ਉਹ ਮਸ਼ੀਨੀ ਕਰਨਾ ਉਹ ਆਪਾਂ ਨੂੰ ਚਾਹੀਦੀ ਵੀ ਨਹੀਂ ਕਿ ਗੋੜ ਤੇ ਸ਼ੱਕਰ ਤੇ ਮੱਕੀ ਬਾਜਰਾ ਇਹੋ ਜੀਆਂ ਚੀਜ਼ਾਂ ਸਰੋਂ ਦਾ ਤੇਲ ਉਥੇ ਤੁਸੀਂ ਜੈਵਿਕ ਬੀਜੋ ਉਹਦਾ ਸਰੋਂ ਦਾ ਤੇਲ ਕੋਲੂ ਚੋਂ ਕਢਾ ਕੇ ਤੇ ਆਪਾਂ ਇੱਥੇ ਬਾਹਰ ਮੰਗਾਈਏ ਤੇ ਉਹ ਆਪਣੇ ਵਧੀਆ ਰੇਟ ਉਹਨਾਂ ਨੂੰ ਵੀ ਦਈਏ ਤੇ ਇੱਥੇ ਵੀ ਸੰਗਤ ਦੇ ਵਿੱਚ ਵਧੀਆ ਰੇਟ ਦਈਏ ਇੱਥੇ ਮੈਲਬਨ ਦੇ ਵਿੱਚ ਤਿੰਨ ਦੁਕਾਨਾਂ ਨੇ ਜੈਵਿਕ ਜਿਹੜੇ ਟੋਟਲੀ ਜਿਹੜੀਆਂ ਜੈਵਿਕ ਚੀਜ਼ਾਂ ਵੇਚਦੇ ਨੇ ਇੱਕ ਰਿਚਮੈਂਟ ਦੇ ਵਿੱਚ ਆ ਤੁਸੀਂ ਜਾ ਕੇ ਉੱਥੇ ਵੇਖਿਓ ਉਹਨਾਂ ਦਾ ਰੇਟ ਕੀ ਆ ਠੀਕ ਹੈ ਨਾ ਔਰ ਲੋਕੀ ਉੱਥੇ ਉਹਨਾਂ ਦਾ ਖੜਨ ਦਾ ਟਾਈਮ ਨਹੀਂ ਮਿਲਦਾ ਕਿ ਇੰਨਾ ਉਹਨਾਂ ਦੇ ਕੋਲ ਭੀੜ ਹੁੰਦੀ ਆ ਸੋ ਆਪਾਂ ਨੂੰ ਸਾਰਿਆਂ ਨੂੰ ਪ੍ਰੋਬਲਮ ਪਤਾ ਲੱਗ ਗਈ ਆ ਹੁਣ ਮੇਰੀ ਬੇਨਤੀ ਆ ਕਿ ਆਪਾਂ ਹੱਲ-ਵਾਲ ਨੂੰ ਵਧੀਏ ਕਿ ਆਪਾਂ ਉਹਨਾਂ ਨੂੰ ਪਿੱਟੀ ਜਾਵਾਂਗੇ ਪਿੱਟੀ ਜਾਵਾਂਗੇ ਉਹਦਾ ਕੋਈ ਫਾਇਦਾ ਨਹੀਂਗਾ ਹੱਲ-ਵਾਲ ਨੂੰ ਵਧੀਏ ਅਗਲੀ ਮੀਟਿੰਗ ਰੱਖੀਏ ਥੋੜੇ ਸੰਗ ਬੋਤੇ ਹੁਣ ਭਾਵੇਂ ਸੋਸ਼ਲ ਮੀਡੀਆ ਤੋਂ ਦਾ ਪ੍ਰਚਾਰ ਕਰੀਏ ਜਿਨ੍ਹਾਂ ਨੂੰ ਦਰਦ ਆ ਵਾਕਈ ਦਰਦ ਹੈ ਤੇ ਆਪਾਂ ਹੁਣ ਹੱਲ ਵਾਲ ਨੂੰ ਵਧੀਏ ਤੇ ਆਪਣਾ ਤਾਂ ਹੀ ਕੋਈ ਹੱਲ ਹੋਣਾ ਵਾ ਸਰਕਾਰਾਂ ਨੇ ਸਾਨੂੰ ਕੋਈ ਹੱਲ ਨਹੀਂ ਕਰਕੇ ਦੇਣਾ ਸੋ ਮੇਰੀ ਇੰਨੀ ਬੇਨਤੀ ਹੈ ਦੋ ਪੁਆਇੰਟ ਨੇ ਇੱਕ ਆਪਣੇ ਲੋਕਾਂ ਨੂੰ ਆਪਣੇ ਘਰਦਿਆਂ ਨੂੰ ਆਪਣੇ ਪਿੰਡਾਂ ਵਾਲਿਆਂ ਨੂੰ ਜੈਵਿਕ ਖੇਤੀ ਵਾਸਤੇ ਪ੍ਰੇਰਿਤ ਕਰੀਏ ਦੂਜੇ ਬਾਅਦ ਬੈਠੇ ਅਸੀਂ ਵੀਰ ਉਹਨਾਂ ਦੀ ਫਸਲ ਖਰੀਦਣ ਵਾਸਤੇ ਤਿਆਰ ਹੋਈਏ ਇਹ ਦੋ ਬੇਨਤੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ